वो माजे के थे वो मैं चीफ मिनिस्टर और वो यूनाइटेड पंजाब के वो चीफ मिनिस्टर थे उस टाइम, ना पंजाबी थे ना माजा था ना मालवा था, पर कैप्टन उन्होंने प्रताप सिंह कैरों जो थे हमारे चीफ मिनिस्टर बने, आज तक लोग उनको याद करते हैं कि उन्होंने पंजाब को खड़ा किया, पंजाब की एग्रीकल्चर यूनिवर्सिटी लेकर आए और सब कुछ। हमारा काम है कि पंजाब की तरक्की के लिए जो भी बनेगा, पंजाब की तरक्की के लिए बनेगा, पंजाब की खुशहाली के लिए बनेगा, पंजाब की शांति के लिए बनेगा। मैं कैप्टन साहब नूं एक रिक्वेस्ट करनी चाहुंदा कि असीं वी उन्हां दा चेहरा, उन्हां दा दूसरा रूप सीगा सुखजिंदर सिंह रंधावा, उन्हां दा दूसरा रूप सीगा सुख सरकार गया, उन्हां दा पहला रूप सीगा ਤ੍ਰਿਪਤ ਰਜਿੰਦਰ ਸਿੰਘ ਬਾਜਵਾ। ਅਸੀਂ ਆਪਣੇ ਮਾਝੇ ਤੋਂ ਕੈਪਟਨ ਸਾਹਿਬ ਨੂੰ ਲੈ ਕੇ ਚੱਲੇ ਔਰ ਅੱਜ ਵੀ ਉਨੀ ਸਾਡੇ ਮਨ ਦੇ ਵਿੱਚ ਰਿਸਪੈਕਟ ਆ ਜੋ ਅੱਜ ਤੋਂ 12-14 ਸਾਲ ਪਹਿਲਾਂ ਸੀ। ਕੈਪਟਨ ਸਾਹਿਬ ਸਾਡੀ ਫੈਮਿਲੀ ਦੇ ਮੈਂਬਰ ਹੈਡ ਸੀਗੇ। ਆਪਣੇ ਪਰਿਵਾਰ ਦੇ ਵਿੱਚ ਕਈ ਵਾਰੀ ਕਈ ਜਿਹੜੇ ਡਿਫਰੈਂਸਿਸ ਆਉਂਦੇ ਨੇ ਪਰ ਪਰਿਵਾਰ ਕਦੀ ਨਿਖ ਵੱਖ ਨਹੀਂ ਹੁੰਦੇ, ਫਿਰ ਇਕੱਠੇ ਹੋ ਜਾਂਦੇ। ਮੇਰੇ ਕੈਪਟਨ ਸਾਹਿਬ ਬਜ਼ੁਰਗ ਨੇ, ਮੈਂ ਹਮੇਸ਼ਾ ਹੀ ਉਹਨਾਂ ਨੂੰ ਆਪਣੇ ਫਾਦਰ ਦੀ ਥਾਂ ਸਮਝਿਆ ਔਰ ਉਹਨਾਂ ਵੀ ਮੈਨੂੰ ਟਿੱਕੂ ਵਾਂਗੂ, ਆਪਣੇ ਬੇਟੇ ਵਾਂਗੂ, ਆਪਣੇ ਯੰਗਰ ਬ੍ਰਦਰ ਵਾਂਗੂ ਉਹਨਾਂ ਨੇ ਮੇਰੇ ਨਾਲ ਟ੍ਰੀਟ ਕੀਤਾ। ਬੇਸ਼ੱਕ ਮੇਰੇ ਉਹਨਾਂ ਨਾਲ ਡਿਫਰੈਂਸਿਸ ਰਹੇ ਨੇ, ਤੁਸੀਂ ਵੇਖਿਆ ਕਿ ਕੈਪਟਨ ਸਾਹਿਬ ਨੇ ਇੱਕ ਵਾਰੀ ਵੀ ਸੁਖਜਿੰਦਰ ਸਿੰਘ ਰੰਧਾਵਾ ਦੇ ਮੇਰੇ ਮੂੰਹੋਂ ਕੋਈ ਗੱਲ ਨਿਕਲ ਜਾਂਦੀ ਹੋਏਗੀ, ਕੈਪਟਨ ਸਾਹਿਬ ਨੇ ਕਦੀ ਰਿਐਕਟ ਨਹੀਂ ਸੀ ਕੀਤਾ। ਮੈਂ ਕੈਪਟਨ ਸਾਹਿਬ ਨੂੰ ਤੇ ਵੈਸੇ ਵੀ ਮਿਲਦਾ ਰਿਹਾ, ਤੁਹਾਡੇ ਸਾਹਮਣੇ ਹਰ ਕੈਬਨਿਟ ਚ ਮਿਲਦਾ ਰਿਹਾ, ਹਰ ਫੰਕਸ਼ਨ ਚ ਮਿਲਦਾ ਰਿਹਾ। ਇਹ ਤੇ ਕਦੀ ਹੋ ਹੀ ਨਹੀਂ ਸਕਦਾ ਕਿ ਜਿਸ ਆਦਮੀ ਦੇ ਨਾਲ 2002 ਚੋਂ ਚੱਲਿਆ ਹੋਵੇ ਉਹਦੇ ਚੋਂ ਸੁਖਜਿੰਦਰ ਸਿੰਘ ਰੰਧਾਵਾ ਜਾਂ ਸੁੱਖ ਸਰਕਾਰੀਆ ਜਾਂ ਸਰਦਾਰ ਲਾਲ ਸਿੰਘ ਜਾਂ ਹੋਰ ਕੋਈ। ਕੈਪਟਨ ਅਮਰਿੰਦਰ ਸਿੰਘ ਸਾਡੀ ਫੈਮਿਲੀ ਦੇ ਹੈੱਡ ਨੇ, ਸਾਡੇ ਉਹ ਸਿਰ ਦਾ ਤਾਜ ਨੇ। ਦੇਖੋ ਸਭ ਤੋਂ ਪਹਿਲਾਂ ਮੈਂ ਇੱਕ ਮਿੰਟ ਮੈਂ ਆਪਕੋ ਇੱਕ ਬਾਤ ਬਤਾ ਦੂੰ ਕਿ ਸਰਕਾਰ ਦੇ ਲਈ 4 ਮਹੀਨੇ ਨਹੀਂ 4 ਦਿਨ ਵੀ ਬਹੁਤ ਹੋਤੇ ਹੈ। ਆਦਮੀ ਕੀ ਅਟੈਂਸ਼ਨ ਕਲੀਅਰ ਹੋਣੀ ਚਾਹੀਏ, ਉਸਕਾ ਜੋ ਏਜੰਡਾ ਹੈ ਵੋ ਕਲੀਅਰ ਹੋਣਾ ਚਾਹੀਏ, ਉਸਕਾ ਮਾਇੰਡ ਸੈਟ ਕਲੀਅਰ ਹੋਣਾ ਚਾਹੀਏ ਕਿ ਮੈਂ ਜੇ ਕੰਮ ਕਰਨੇ ਹੈ, ਚਾਹੇ ਵੋ ਥੋੜ੍ਹਾ ਟਾਈਮ ਹੈ ਚਾਹੇ ਵੋ ਬਹੁਤ ਜ਼ਿਆਦਾ ਟਾਈਮ। ਅਗਰ ਕਿਸੇ ਨੇ ਕੰਮ ਨਹੀਂ ਕਰਨਾ ਉਸਕੋ ਚਾਹੇ 20 ਸਾਲ ਮੰਤਰੀ ਬਣਾ ਦੋ, ਮੁੱਖ ਮੰਤਰੀ ਬਣਾ ਦੋ, ਵੋ ਨਹੀਂ ਕਰ ਸਕਦਾ। ਅਗਰ ਆਪਕੇ ਮਨ ਮੇ ਹੈ ਤੋ ਪੰਜਾਬ ਕੋ ਜੋ ਹੈ ਜਿਤਨਾ ਟਾਈਮ ਮਿਲੇਗਾ। ਇਨ ਸਭੀ ਕਾ ਜੋ ਡਿਸੀਜਨ ਲੇਗੀ ਵੋ ਹਮਾਰੀ ਹਾਈ ਕਮਾਂਡ ਹੈ। ਪਹਿਲੇ ਵੀ ਸਰ ਆਪਕਾ ਕਹਿਣਾ ਹੈ ਕਿ 4.5 ਸਾਲ ਮੇ ਜੋ ਕਾਮ ਨਹੀਂ ਹੁਆ 6 ਮਹੀਨੇ ਮੇ ਹੋ ਜਾਏਗਾ। ਕਾਫੀ ਕਰੇਂਗੇ ਆਪ, ਮੇਰੀ ਬਾਤ ਸੁਣੋ। ਇੱਕ ਬਾਤ ਬਤਾਨਾ ਚਾਹਤਾ ਹੂੰ कि जो बहुत ज्यादा बोल जाते हैं मेरे ख्याल वो काम नहीं करते। आप मेरे को थोड़ा शपथ ग्रहण कब होगा, ये कुछ कब तक होगा शपथ ग्रहण आपका? देखिए मेरा नहीं, पता नहीं किसका होगा, होगा जरूर। मेरी एक मिनट सुन लो, ਮੇਰੀ ਕਦੀ ਵੀ ਤੁਸੀਂ ਜਦੋਂ ਵੀ ਦੇਖਿਆ ਚਾਹੇ ਮੈਂ ਟ੍ਰਬਲ ਚ ਹਾਂ, ਮੇਰੀ ਫੇਸ ਤੇ ਹਮੇਸ਼ਾ ਸਮਾਈਲ ਰਹੀ ਆ, ਕਦੀ ਵੀ ਮੇਰੇ ਫੇਸ ਤੇ ਉੱਤੇ ਸਮਾਈਲ ਦੁੱਖ ਨਹੀਂ।